ਤੜਕਿਆਂ ਸਾਰੇ ਦਿਨ ਚੜ੍ਹਦੇ ਆ। ਨਵਾਂ ਸ਼ਹਿਰ ਪੁਲਿਸ ਨੇ ਕਾਸੋ ਦੀ ਮਹਿਮ ਅਧੀਨ ਕਈ ਇਲਾਕਿਆਂ ਵਿੱਚ ਚੈਕਿੰਗ ਕੀਤੀ ਗਈ, ਜਿਸ ਦੀ ਨਿਗਰਾਨੀ SSP ਮਹਿਤਾਬ ਸਿੰਘ ਖੁਦ ਕਰ ਰਹੇ ਸਨ। ਇਸ ਮੌਕੇ SP, DSP, SHO ਤੇ ਜਿੰਨੇ ਵੀ ਜ਼ਿਲ੍ਹੇ ਭਰ ਦੇ ਅਧਿਕਾਰੀ ਸਨ, ਸਭ ਇਸ ਮੁਹਿੰਮ 'ਚ ਲੱਗ ਗਏ। 300 ਦੇ ਕਰੀਬ ਮੁਲਾਜ਼ਮ ਇਸ ਮੁਹਿੰਮ ਦਾ ਹਿੱਸਾ ਬਣੇ। ਕਈ ਥਾਵਾਂ 'ਤੇ ਚੈਕਿੰਗ ਕੀਤੀ ਗਈ, ਬੜੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। SSP ਖੁਦ ਹਰੇਕ ਪੁਆਇੰਟ ਦੇ ਉੱਪਰ ਆਪ ਚੈੱਕ ਕਰ ਰਹੇ ਹਨ, ਤਾਂ ਜੋ ਕਿਤੇ ਅਣਗਹਿਲੀ ਨਾ ਹੋਵੇ। ਇਸ ਦੌਰਾਨ ਪੁਲਿਸ ਵੱਲੋਂ 30 ਦੇ ਕਰੀਬ ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਗਿਆ ਹੈ। ਪੁਲਿਸ ਅਨੁਸਾਰ ਜੇ ਕੋਈ ਨਸ਼ਾ ਪਤਾ ਜਾਂ ਕੋਈ ਗੈਰ ਅਨਸਰੀ ਸਮਾਨ ਮਿਲਦਾ ਹੈ ਤਾਂ ਉਹਦੀ ਮੀਡੀਆ ਜਾਣਕਾਰੀ ਦਿੱਤੀ ਜਾਏਗੀ। ਉਹਦੇ ਵਿੱਚ ਅੱਜ ਅਸੀਂ ਪੂਰੇ SBS ਨਗਰ ਦੇ ਵਿੱਚ 13 ਜਿਹੜੇ ਡਰੱਗ ਹੌਟਸਪੋਟ ਸਾਡੇ ਹੈਗੇ ਨੇ, ਉਹਦੇ ਵਿੱਚ ਸਵੇਰੇ 5 ਵਜੇ ਤੋਂ ਜਿਹੜਾ ਕਾਸੋ ਆਪਰੇਸ਼ਨ ਸਾਡਾ ਚੱਲ ਰਿਹਾ ਹੈਗਾ। ਇਹਦੇ ਵਿੱਚ ਸਾਡੇ 12 SHO, 1 SP, 4 DSP ਅਤੇ 300 ਦੀ ਜਿਹੜੀ ਫੋਰਸ ਹੈ ਉਹ ਸ਼ਾਮਿਲ ਹੈਗੀ ਹੈ। ਇਹਦੇ ਵਿੱਚ ਹੁਣ ਵੀ ਸਾਡਾ ਜਿਹੜਾ ਕਾਸੋ ਆਪਰੇਸ਼ਨ ਉਹ ਲਗਾਤਾਰ ਚੱਲ ਰਿਹਾ। ਅਸੀਂ 30 ਦੇ ਅਰਾਊਂਡ ਬੰਦੇ ਜਿਹੜੇ ਹੈਗੇ ਹੁਣ ਤੱਕ ਰਾਊਂਡ ਅਪ ਕੀਤੇ ਆ, ਅਤੇ ਇਹਦੇ ਵਿੱਚ ਜੋ ਵੀ ਰਿਕਵਰੀ ਹੋਏਗੀ, ਜੋ ਵੀ ਹੋਏਗਾ ਉਹ ਤੁਹਾਨੂੰ ਅਸੀਂ ਦੱਸ ਦਾਂਗੇ। ਇਸ ਤੋਂ ਇਲਾਵਾ ਇਹਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਇੱਕ ਹੋਰ ਉਪਰਾਲਾ ਵੀ ਕੀਤਾ ਹੈਗਾ। 18 ਜੂਨ ਆਪਣੇ SBS ਨਗਰ ਦੇ ਵਿੱਚ ਅਸੀਂ ਇੱਕ ਸਾਈਕਲ ਰੈਲੀ ਕਰਵਾਉਣ ਜਾ ਰਹੇ ਹਾਂ। ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ, ਸਾਰੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਲੋਕ ਹੈਗੇ ਉਹ ਪਾਰਟੀਸਪੇਟ ਕਰਨ। ਇਹ ਦੇਖੋ ਜੀ, ਤੁਹਾਨੂੰ ਪਤਾ ਹੀ ਹੈ ਪਿੱਛੇ ਇਲੈਕਸ਼ਨ ਸੀਗੇ, ਉਹਦੇ ਵਿੱਚ ਜਿਹੜੇ ਕਾਫੀ ਕੇਸਿਸ, ਅਸੀਂ 40 ਦੇ ਕੇਸਿਸ ਜਿਹੜੇ ਹੈਗੇ ਆ ਅਰਾਊਂਡ ਉਹ ਇੱਥੇ ਰਜਿਸਟਰ ਹੋਏ ਆ। ਉਹਦੇ ਵਿੱਚ ਸਾਨੂੰ KR1 ਵੀ ਰਿਕਵਰ ਹੋਈ ਹੈ, PMP ਰਿਕਵਰ ਹੋਈ ਹੈ। ਅਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਵੀ ਇਹਨਾਂ ਕੰਮਾਂ ਦੇ ਵਿੱਚ ਕੰਮ ਕਰਦੇ ਆ, ਇਹੀ ਕਹਿਣਾ ਚਾਹੁੰਦਾ ਕਿ ਅਸੀਂ ਪੂਰੀ ਸਖਤੀ ਨਾਲ ਕਾਰਵਾਈ ਕਰਾਂਗੇ। ਅਤੇ ਜੇ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਉਹ ਸਾਡੇ ਤੱਕ ਪਹੁੰਚ ਕਰ ਸਕਦੇ ਨੇ, ਅਤੇ ਤੁਹਾਡੀ ਜਿਹੜੀ ਜਾਣਕਾਰੀ ਹੈ ਤੁਹਾਡੇ ਵੱਲੋਂ ਉਹ ਤੁਹਾਡਾ ਨਾਮ ਬਿਲਕੁਲ ਸੀਗਰਟ ਰੱਖਿਆ ਜਾਵੇਗਾ, ਅਤੇ ਇਹਨਾਂ 'ਤੇ ਅਸੀਂ ਪੂਰੀ ਸਖਤੀ ਕਰਾਂਗੇ। ਸਰ, ਚਾਬੀਆਂ ਕਿੱਥੇ ਚੱਲ ਜਿਹੜਾ ਹੈਗਾ ਟੋਟਲ 13 ਪੁਆਇੰਟ ਦੇ ਉੱਤੇ ਅੱਜ ਸਾਰੇ ਛਾਪੇਮਾਰੀ ਕਰ ਰਹੇ ਹਾਂ, ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਡਰੱਗ ਹੌਟਸਪੋਟ ਹੈਗੇ ਨੇ, ਜਿੱਦਾਂ ਲੰਗੜੋਆ ਹੈਗਾ, ਜੱਬੋਵਾਲ ਹੈਗਾ, ਰਾਹੂ ਹੈਗਾ, ਸਲੋਹ ਹੈਗਾ, ਇਹ ਸਾਰੇ ਪਿੰਡਾਂ ਦੇ ਵਿੱਚ ਅਸੀਂ ਛਾਪੇਮਾਰੀ ਕਰ ਰਹੇ ਹਾਂ। ਅੱਜ ਤੱਕ ਜਿਹੜਾ ਹੈਗਾ 30 ਦੇ ਰਾਊਂਡ ਬੰਦੇ ਰਾਊਂਡ ਅਪ ਹੋ ਗਏ ਨੇ। ਜੇ ਕੋਈ ਬਰਾਮਦਗੀ ਹੋਵੇਗਾ ਉਹ ਤੁਹਾਨੂੰ ਅਸੀਂ ਦੱਸ ਦਾਂਗੇ। ਸਾਡੇ ਆਪਰੇਸ਼ਨ ਅਜੇ ਚੱਲ ਰਿਹਾ। ਨਹੀਂ ਜੀ ਨਹੀਂ, ਅਸੀਂ ਦੇਖੋ ਪਹਿਲਾਂ ਤੋਂ ਜਿਹੜਾ ਹੈਗਾ, ਮੈਂ ਆਪ ਵੀ ਫੀਡਬੈਕ ਲਈ ਸੀ ਕਾਫੀ, ਜਿਹੜਾ ਹੈਗਾ ਨਸ਼ੇ ਨੂੰ ਠੱਲ ਹੈਗੀ ਹੈ, ਅਤੇ ਅਸੀਂ ਪਰਚੇ ਵੀ ਬਹੁਤ ਰਜਿਸਟਰ ਕੀਤੇ ਆ। ਅਤੇ ਜੇ ਮੈਂ ਤੁਹਾਨੂੰ ਦੱਸਾਂ ਤਾਂ ਅਸੀਂ ਐਕਸਾਈਜ਼ ਦੇ ਵੀ ਸਾਡੇ ਬਹੁਤ ਪਰਚੇ ਰਜਿਸਟਰ ਹੋਏ ਆ, ਅਤੇ ਜਿਹੜੇ NDPS ਦੇ ਵੀ ਜਿਹੜੇ ਰੀਸੈਂਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਰਚੇ ਸਾਡੇ ਰਜਿਸਟਰ ਹੋਏ। ਦੇਖੋ ਜੀ, ਰੀਸੈਂਟਲੀ ਵੀ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ, ਜਿਹੜੇ 2 ਇੱਕ ਨਸ਼ਾ ਛੁਡਾਊ ਕੇਂਦਰ ਜਿਹੜੇ ਹੈਗੇ ਇਲੀਗਲ ਆਪਣੇ ਇਲਾਕੇ ਚੱਲਦੇ ਪਏ ਸੀਗੇ, ਅਸੀਂ ਉਸ ਸੀਕਰਟ ਇਨਫੋਰਮੇਸ਼ਨ 'ਤੇ ਜਿਹੜੇ ਡਾਕਟਰਾਂ ਦੀ ਟੀਮ ਨਾਲ ਲੈ ਕੇ ਉੱਥੇ ਰੇਡ ਕੀਤੀ ਗਈ ਅਤੇ ਉਹਨੂੰ ਬੰਦ ਕਰਵਾਇਆ ਗਿਆ। ਇਸੇ ਤਰੀਕੇ ਨਾਲ ਜੇ ਕੋਈ ਹੋਰ ਵੀ ਹੈਗਾ ਇਸ ਤਰ੍ਹਾਂ ਦਾ, ਜੇ ਸਾਡੇ ਕੋਲ ਧਿਆਨ ਚਾਹੇਗਾ ਅਸੀਂ ਬਿਲਕੁਲ ਉਸੇ ਤੱਕ ਕਰ ਲਈਏ। ਸਰ, ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੌਜਵਾਨ, ਉਹਨਾਂ ਦੇ ਲਈ ਕੀ ਹਦਾਇਤ? ਬਿਲਕੁਲ ਜੀ, ਜਿੱਦਾਂ ਮੈਂ ਤੁਹਾਨੂੰ ਹੁਣੀ ਦੱਸਿਆ ਕਿ ਅਸੀਂ ਉੱਧਰ ਵੀ ਬੜਾ ਧਿਆਨ ਦੇ ਰਹੇ ਹਾਂ। ਜਿਹੜਾ 18 ਜੂਨ ਨੂੰ ਸਾਈਕਲ ਰੈਲੀ ਇੱਥੇ ਹੋ ਰਹੀ ਹੈ, ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹ ਰਹੇ ਹੈਗੇ ਆ, ਅਸੀਂ ਆਪ ਉਹਨਾਂ ਨੂੰ ਜਿਹੜਾ ਡੀਡਿਕਸ਼ਨ ਸੈਂਟਰ ਨਾਲ ਟਾਈ ਅਪ ਕਰਕੇ ਉਹਨਾਂ ਨੂੰ ਉੱਥੇ ਦਾਖਲ ਕਰਾਉਣ, ਤਾਂ ਕਿ ਉਹ ਜਿਹੜਾ ਇਸ ਦੇ ਵਿੱਚੋਂ ਨਿਕਲ ਸਕੇ। ਜਗਵੰਤ TV ਲਈ ਮੈਂ ਹਰੀਸ਼ ਬਟਲਾ।